ਜਿਹੜਾ ਸਾਰਿਆਂ ਨੂੰ ਜੱਫੀਆਂ ਪਾਉਂਦਾ ਫਿਰੇ। ਧੰਨ ਧੰਨ ਗੁਰੂ ਨਾਨਕ ਨੂੰ ਮੰਨਣ ਦੇ ਲਈ ਜ਼ਰੂਰੀ ਹੈ ਕਿ ਬਾਬਰ ਨੂੰ ਜਾਬਰ ਕਹਿਣ ਦੀ ਹਿੰਮਤ ਜਿਹੜਾ ਰੱਖਦਾ ਹੈ ਉਹੀ ਗੁਰੂ ਨਾਨਕ ਦੇਵ ਨੂੰ ਮੰਨਣ ਵਾਲਾ ਹੈ। ਤੇ ਤੁਸੀਂ ਜਿਹੜੇ 550 ਸਾਲਾਂ ਜਸ਼ਨ ਮਨਾਉਣ ਲਈ ਇਕੱਠੇ ਹੋਏ ਹੋ, ਸਿੱਖ ਯੂਥ ਫੈਡਰੇਸ਼ਨ ਨੇ ਅੱਜ ਦਾ ਬਹੁਤ ਸੋਹਣਾ ਸਮੂਹ ਧਰਮਾਂ ਦਾ ਪ੍ਰੋਗਰਾਮ ਕੀਤਾ ਹੈ। ਮੈਂ ਮੁਸਲਮਾਨ ਹੋਣ ਦੇ ਬਾਵਜੂਦ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਸ ਸਟੇਜ ਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਬਗੈਰ ਇਹ ਪ੍ਰੋਗਰਾਮ ਅਧੂਰਾ ਹੈ, ਅਸੀਂ ਗਲਤੀਆਂ ਨਾ ਕਰਿਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਡਾ ਗੁਰੂ ਸਾਡੇ ਨਾਲ ਹੈ ਤੇ ਫਿਰ ਅਸੀਂ ਦੁਨੀਆਂ ਦੇ ਸਰਦਾਰ ਹਾਂ। ਸਾਡੀ ਸਰਦਾਰੀਆਂ ਅਗਰ ਕਿਸੇ ਨੇ ਜੋੜੀਆਂ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੀਆਂ। ਜਦ ਤੱਕ ਸ਼ਬਦ ਗੁਰੂ ਹੈ ਤੇ ਅਸੀਂ ਸਰਦਾਰ ਹਾਂ, ਜੇ ਗੁਰੂ ਸਾਡੇ ਨਾਲ ਨਹੀਂ ਤੇ ਫਿਰ ਸਾਡੇ ਪੱਲੇ ਕੁਛ ਨਹੀਂ ਬਚਦਾ। ਤੇ ਕਿੱਦਾਂ ਮਨਾਉਣਾ ਗੁਰਪੁਰਬ? ਮੈਨੂੰ ਇੱਕ ਇੱਥੇ ਸਟੇਜ ਤੇ ਸਾਹਿਬ ਕਹਿਣ ਲੱਗੇ ਕਿ 2 ਮਿੰਟ ਲਾ ਕੇ ਹਟ ਜਾਈਓ। ਮੈਂ ਸੋਚਣ ਲੱਗਾ ਪਤਾ ਨਹੀਂ ਤੂੰ ਇੰਨੀ ਦੂਰੋਂ ਮੈਨੂੰ ਬੁਲਾਇਆ ਕਾਤੇ। ਮੈਨੂੰ ਕਹਿੰਦੇ 2 ਮਿੰਟ ਲਾ ਕੇ ਤੁਸੀਂ ਫਾਰਗ ਹੋ ਜਾਓ। ਫਿਰ ਮੈਨੂੰ ਬੜਾ ਦੁੱਖ ਵੀ ਹੋਇਆ, ਮੈਂ ਕਿਹਾ ਪਤਾ ਨਹੀਂ ਸ਼ਾਇਦ ਇਹਨਾਂ ਨੇ ਸੋਚਿਆ ਵੀ ਲੋੜ ਨਹੀਂ ਏਦਾਂ ਦੇ ਬੰਦਿਆਂ ਦੀ, ਸਾਨੂੰ ਤਾਂ ਨੱਚਣਾ ਗਾਣਾ। ਔਰ ਵਧੀਆ ਨੱਚਣ ਗਾਣ ਵਾਲਾ ਬੰਦਾ ਪੰਜਾਬੀ ਨਹੀਂ ਹੁੰਦਾ। ਧੰਨ ਧੰਨ ਗੁਰੂ ਗੋਬਿੰਦ ਸਿੰਘ ਮੰਗੋ, ਜਿਹੜਾ ਡਟ ਜਾਏ ਜ਼ਾਲਮਾਂ ਦੇ ਮੋਰੇ ਉਹ ਪੰਜਾਬੀ ਹੁੰਦਾ। ਪੰਜਾਬੀ ਅਣਖ ਵਾਲੇ ਹੁੰਦੇ ਨੇ। ਤੇ ਮਨਾਉਣਾ ਕਿੱਦਾਂ ਹੈ ਗੁਰਪੁਰਬ? ਕਦੀ ਇਹ ਤਾਂ ਪੁੱਛੋ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ, ਗੁਰੂ ਸਾਹਿਬ ਉਹ ਗੁਰਪੁਰਬ ਆ ਗਿਆ ਤੁਹਾਡਾ, ਮਨਾਈਏ ਕਿੱਦਾਂ? ਤੇ ਗੁਰੂ ਸਾਹਿਬ ਕਹਿੰਦੇ ਚੱਲ ਨਾ ਭਾਈ ਲਾਲੋ ਦੇ ਘਰ ਚੱਲਦੇ ਆ। ਉਹ ਉੱਠੋ ਨਾ ਕਿਸੇ ਰੋਂਦੇ ਨੂੰ ਹਸਾਈਏ, ਉਹ ਚਲੋ ਕਿਸੇ ਗਰੀਬ ਦੇ ਘਰ ਪਹੁੰਚ ਕੇ, ਉਹਦੇ ਘਰ ਪਹੁੰਚ ਕੇ ਲੁੱਕ ਕੇ ਰਾਸ਼ਨ ਪਾਈਏ। ਉਹ ਆਓ ਕਿਸੇ ਰੁੱਸੇ ਨੂੰ ਮਨਾਉਣ ਚੱਲੀਏ, ਆਪਣੀ ਅਣਖ ਥੱਲੇ ਸੁੱਟੀਏ। ਲੋਕੀ ਸਾਨੂੰ ਕਈ ਵਾਰੀ ਮੁਸੀਬਤੇ ਆ ਕੇ ਪੁੱਛਦੇ ਹੁੰਦੇ ਆ ਕਿ ਮੀਆਂ ਜੀ ਦੱਸਿਓ ਅਸੀਂ ਮੂੰਹ ਹੱਥ ਚੰਗੀ ਤਰ੍ਹਾਂ ਧੋਤਾ ਕਿ ਨਹੀਂ, ਨਮਾਜ਼ ਹੋਈ ਕਿ ਨਹੀਂ ਹੋਈ। ਉਹ ਮੈਂ ਕਿਹਾ ਪਹਿਲਾਂ ਮੁਹੰਮਦ ਰਸੂਲੁੱਲਾ ਨੂੰ ਪੜ੍ਹ ਲੈ, ਔਰ ਅਗਰ ਤੂੰ ਸਿੱਖਾਂ ਨੂੰ ਮੰਨਦਾ ਤੇ ਗੁਰੂ ਨਾਨਕ ਦੇਵ ਜੀ ਨੂੰ ਪੜ੍ਹ ਲੈ, ਔਰ ਜਿਸ ਧਰਮ ਨੂੰ ਮੰਨਦਾ ਆਪਣੇ ਉਸ ਗੁਰੂ ਨੂੰ ਪੜ੍ਹ ਲੈ। ਕਿ ਅਸੀਂ ਇਹ ਕਹਿੰਦੇ ਹਾਂ ਕਿ ਜਦ ਤੱਕ ਮਾਂ ਰਾਜ਼ੀ ਨਾ ਹੋ ਜਾਏ ਨਮਾਜ਼ ਤਾਂ ਵੀ ਨਹੀਂ ਹੁੰਦੀ। ਉਹ ਲੋਕੀ ਚੱਲੇ ਦੁਨੀਆਂ ਦੇ ਅੱਗੇ ਫੋਟੋਆਂ ਖਿਚਾ ਕੇ ਗਰੀਬਾਂ ਨੂੰ ਆਟੇ ਦੀਆਂ ਥੈਲੀਆਂ ਫੜਾ ਕੇ ਕਿ ਲਓ ਸਾਡਾ ਨਾਂ ਹੋ ਜਾਏ। ਜਿਹੜੇ ਬੰਦੇ ਦੇ ਮਾਂ ਪਿਓ ਉਹਦੇ ਨਾਲ ਨਾਰਾਜ਼ ਹੋਣ, ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਮੱਥਾ ਟੇਕਣ ਤੋਂ ਪਹਿਲਾਂ ਆਪਣੀ ਮਾਂ ਦੇ ਪੈਰਾਂ 'ਚ ਪੈ ਕੇ ਜੇ ਮਾਂ ਪਿਓ ਰਾਜ਼ੀ ਕਰ ਲਏ ਤੇ ਗੁਰੂ ਰਾਜ਼ੀ ਹੋ ਗਿਆ ਹੀ। ਲੋਕੀ ਕਹਿੰਦੇ ਗੁਰਪੁਰਬ ਕਿੱਦਾਂ ਮਨਾਉਣਾ? ਆਪਣੇ ਸਕੇ ਭਰਾਵਾਂ ਲਈ ਦਿਲਾਂ 'ਚ ਜਿਹੜੀ ਦੁਸ਼ਮਣੀ ਪਾਲੀ ਹੈ ਉਹ ਦੁਸ਼ਮਣੀ ਖਤਮ ਕਰਕੇ ਗੁਰਪੁਰਬ ਮਨਾਉਣਾ ਹੈ। ਆਪਣੀ ਭੈਣਾਂ ਦੇ ਲਈ ਸ਼ਰੀਕਿਆਂ ਦੀ ਜਿਹੜੀ ਦੁਸ਼ਮਣੀ ਹੈ ਉਹ ਦੁਸ਼ਮਣੀ ਖਤਮ ਕਰਕੇ ਗੁਰਪੁਰਬ ਮਨਾਉਣਾ ਹੈ। ਆਪਣਾ ਜਿਹੜਾ ਪੜੋਸੀ ਹੈ ਉਹ ਭੁੱਖਾ ਹੋਵੇ ਤੇ ਅਸੀਂ ਬਾਹਰ ਲੋਕਾਂ ਨੂੰ ਵੰਡਦੇ ਫਿਰੀਏ,
ਭੁੱਖੇ ਪੜੋਸੀ ਦੇ ਘਰ ਰਾਸ਼ਨ ਪਾ ਕੇ ਗੁਰਪੁਰਬ ਮਨਾਉਣਾ, ਔਰ ਜਿਹੜਾ ਸਾਡੇ ਨਾਲ ਰੁਸਿਆ ਹੋਵੇ, ਭਾਵੇਂ ਉਹ ਹਿੰਦੂ ਹੈ, ਭਾਵੇਂ ਉਹ ਸਿੱਖ ਹੈ, ਭਾਵੇਂ ਉਹ ਦਲਿਤ ਹੈ, ਭਾਵੇਂ ਉਹ ਮੁਸਲਮਾਨ ਹੈ, ਅਸੀਂ ਆਪਣੇ ਨਾਰਾਜ਼ ਵਾਲੇ ਭਰਾ ਨੂੰ ਗੱਲ ਵਕੜੀ ਪਾ ਕੇ ਗੁਰਪੁਰਬ ਮਨਾਉਣਾ ਹੈ। ਜਿਹੜੇ ਆਏ ਨੇ ਨਾ, ਮੇਰੀ ਮਾਵਾਂ ਭੈਣਾਂ ਬਹੁਤ ਬੈਠੀਆਂ, ਉਹ ਕਈ ਬਾਬਿਆਂ ਕੋਲ ਚਲ ਜਾਂਦੇ ਆ। ਅਲਾਮਾ ਇਕਬਾਲ ਨੂੰ ਪੜ੍ਹੋ, ਇਕਬਾਲ ਨੇ ਕਿਆ ਬਾਤ ਕਹੀ ਹੈ। ਆ ਪੀਰ ਸਾਹਿਬ ਸਾਹਮਣੇ ਬੈਠੇ ਨੇ, ਐਡੀ ਵੱਡੀ ਹਿੰਦੁਸਤਾਨ ਦੀ ਹਸਤੀ। ਅਲਾਮਾ ਇਕਬਾਲ ਉਹ ਅਣਖੀ ਆਦਮੀ ਹੈ ਜਿਹਨੇ ਅੱਲਾ ਰਸੂਲ ਤੋਂ ਇਲਾਵਾ ਗੱਲ ਕਿਸੇ ਦੀ ਨਹੀਂ ਕੀਤੀ, ਸਾਰੀ ਜ਼ਿੰਦਗੀ ਅਣਖ ਨਾਲ ਰਿਹਾ, ਔਰ ਪੂਰੀ ਕਾਇਨਾਤ ਦੇ ਇਨਸਾਨਾਂ 'ਚ ਅਗਰ ਉਹਨੇ ਸਿਫਤ ਕੀਤੀ ਹੈ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀ ਕੀਤੀ ਹੈ। ਤੇ ਫਿਰ ਬਾਬਾ ਜੀ ਨੇ ਕੀ ਕਿਹਾ, ਸਾਡੀ ਤੁਹਾਡੇ ਨਾਲ ਗੱਲ ਵਕੜੀ ਕਿੱਦਾਂ ਪੈ ਗਈ ਹੈ, ਉਹ ਅਸੀਂ ਆਪਣੇ ਬਾਬੇ ਦਾ ਗੁਰਪੁਰਬ ਕਿਉਂ ਮਨਾ ਰਹੇ ਹਾਂ, ਕੱਲਾ ਬਾਬਾ ਤੁਹਾਡਾ ਤਾਂ ਨਹੀਂ, ਅਸੀਂ ਕਿਉਂ ਮਨਾ ਰਹੇ। ਪੂਰੇ ਹਿੰਦੁਸਤਾਨ 'ਚ ਮੁਸਲਮਾਨ ਜਿਹੜੇ ਨੇ ਉਹ ਥਾਂ ਥਾਂ ਨਗਰ ਕੀਰਤਨ ਦਾ ਸਵਾਗਤ ਕਰਦੇ ਪਏ ਨੇ, ਥਾਂ ਥਾਂ ਹਿੰਦੂ ਸਵਾਗਤ ਕਰਦੇ ਪਏ ਨੇ, ਉਹ ਕਿਉਂ ਬਾਬੇ ਦਾ ਸਾਰੇ ਗੱਲ ਕਰਦੇ? ਬਾਬੇ ਦੀ ਗੱਲ ਇਸ ਲਈ ਕਰਦੇ ਕਿ ਬਾਬੇ ਨੇ ਜਿਹੜੀ ਗੱਲ ਕਹੀ ਹੈ ਨਾ, ਉਹਨੇ ਕਿਹਾ ਅਲਾਮਾ ਇਕਬਾਲ ਨੇ ਕਿ ਫਿਰ ਉੱਠੀ ਤੌਹੀਦ ਕੀ ਸਦਾ ਪੰਜਾਬ ਸੇ। ਕਦੀ ਬਾਬਾ ਜੀ ਨੂੰ ਪੜ੍ਹ ਵੀ ਲਓ ਤੇ ਕੱਲਾ ਬਸ ਆਪਾਂ ਨੱਚ ਕੇ ਕੰਮ ਹੋ ਜਾਣਾ ਆਪਣਾ। ਬਾਬਾ ਜੀ ਨੂੰ ਪੜ੍ਹ ਲਓ ਕਦੀ। ਧੰਨ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਆਓ ਇੱਕ ਨੂੰ ਮੰਨੀਏ, ਤੇ ਤੁਸੀਂ ਸੁਣੋ ਇਸਲਾਮ ਨੇ ਕਿਹਾ ਇੱਕ ਨੂੰ ਮੰਨੀਏ, ਗੌਤਮ ਬੁੱਧ ਨੇ ਕਿਹਾ ਇੱਕ ਨੂੰ ਮੰਨੀਏ, ਲੇਕਿਨ ਉਹ ਇੱਕ ਕੌਣ ਹੈ? ਫਰਮਾਇਆ ਰਸੂਲੁੱਲਾ ਨੇ ਔਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਕਿ ਪਿਓ ਇੱਕ ਹੁੰਦਾ, ਚਾਚੇ ਤਾਏ ਤਾਂ ਬਹੁਤ ਹੋ ਜਾਂਦੇ ਨੇ, ਤੇ ਜਿਹੜਾ ਇੱਕ ਦੇ ਅੱਗੇ ਮੱਥਾ ਟੇਕਦਾ ਬਾਕੀਆਂ ਦਾ ਸਤਿਕਾਰ ਕਰਦਾ ਹੈ ਜੀ, ਇੱਕ ਦੇ ਅੱਗੇ ਮੱਥਾ ਟੇਕਦਾ ਬਾਕੀਆਂ ਦਾ ਸਤਿਕਾਰ ਕਰਦਾ, ਉਹ ਖੁਦਾ ਦਾ ਵਫਾਦਾਰ ਹੈ। ਜਿਹੜਾ ਥਾਂ ਥਾਂ ਮੱਥੇ ਟੇਕਦਾ ਹੋਵੇ ਉਹ ਸਰਦਾਰ ਨਹੀਂ ਹੋ ਸਕਦਾ। ਔਰ ਫਿਰ ਅਗਲੀ ਗੱਲ ਕਿਹੜੀ ਕਹੀ ਹੈ? ਸੋਹਣੇ ਰਸੂਲ ਨੂੰ ਵੀ ਅਸੀਂ ਪੁੱਛਿਆ ਕਿ ਯਾ ਰਸੂਲੁੱਲਾ ਤੁਸੀਂ ਕੀ ਚਾਹੁੰਦੇ ਹੋ, ਅਸੀਂ ਇੱਕ ਨੂੰ ਮੰਨ ਲਿਆ। ਫਰਮਾਇਆ ਆਓ ਛੂਆ ਛੂਤ ਖਤਮ ਕਰਕੇ ਲੋਕਾਂ ਨੂੰ ਗੱਲ ਵਕੜੀ ਪਾ ਦਈਏ। ਗੁਰੂ ਨਾਨਕ ਦੇਵ ਜੀ ਗਏ ਨਹੀਂ, ਬਹੁਤ ਜਗ੍ਹਾ ਐਸੀ ਗਏ ਜਿਹਨਾਂ ਨੂੰ ਲੋਕੀ ਕਹਿੰਦੇ ਸੀ ਨੀਵੇਂ ਨੇ, ਇਹਨਾਂ ਦੀ ਜ਼ਾਤ ਨੀਵੀਂ ਹੈ, ਤੇ ਮੇਰੇ ਗੁਰੂ ਸਾਹਿਬ ਨੇ ਉਹਨਾਂ ਦੇ ਘਰ ਬਹਿ ਕੇ ਲੰਗਰ ਛਕਿਆ। ਤੇ ਕੰਨ ਖੋਲ ਕੇ ਸੁਣ ਲਓ, ਅਗਰ ਕਿਸੇ ਨੂੰ ਇਹ ਭੁਲੇਖਾ ਹੈ ਕਿ ਉਹਦੀ ਚਮੜੀ ਜ਼ਿਆਦਾ ਵਧੀਆ ਹੈ, ਉਹਦੀ ਨਸਲ ਅੱਛੀ ਹੈ, ਉਹਦਾ ਰੰਗ ਜ਼ਿਆਦਾ ਸੋਹਣਾ ਹੈ, ਉਹਦੀ ਬਰਾਦਰੀ ਜ਼ਿਆਦਾ ਵਧੀਆ ਹੈ, ਔਰ ਉਹ ਕਿਸੇ ਇਨਸਾਨ ਨੂੰ ਆਪਣੇ ਤੋਂ ਘਟੀਆ ਸਮਝਦਾ ਹੈ, ਅਗਰ ਕਿਸੇ ਬੰਦੇ ਨੂੰ ਇਹ ਭੁਲੇਖਾ ਹੈ ਕਿ ਮੈਂ ਪੰਜ ਵੇਲੇ ਨਮਾਜ਼ ਪੜ੍ਹਦਾ, ਮੈਂ ਅਰਦਾਸ ਕਰਦਾ, ਮੈਂ ਅੰਮ੍ਰਿਤ ਵੇਲੇ ਉੱਠਦਾ, ਮੈਂ ਪੂਜਾ ਪਾਠ ਬਹੁਤ ਕਰਦਾ, ਲੇਕਿਨ ਉਹ ਸਮਝਦਾ ਕਿ ਸਾਹਮਣੇ ਵਾਲਾ ਜਿਹੜਾ ਹੈ ਇਹਦੀ ਜ਼ਾਤ ਮਾੜੀ ਹੈ, ਇਹਦਾ ਰੰਗ ਮਾੜਾ ਹੈ, ਇਹਦਾ ਰੂਪ ਮਾੜਾ ਹੈ, ਜਿਹਨੇ ਆਪਣੇ ਇਲਾਵਾ ਕਿਸੇ ਹੋਰ ਨੂੰ ਮਾੜਾ ਸਮਝ ਲਿਆ, ਉਹ ਸਿੱਖ ਬਣ ਜਾਏ, ਹਿੰਦੂ ਬਣ ਜਾਏ, ਮੁਸਲਮਾਨ ਬਣ ਜਾਏ, ਉਹ ਖੁਦਾ ਦੀ ਨਿਗਾਹ 'ਚ ਇਨਸਾਨ ਨਹੀਂ ਬਣ ਸਕਦਾ। ਇਨਸਾਨ ਬਣਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਇਨਸਾਨਾਂ ਦੇ ਵਿੱਚ ਬਰਾਬਰੀ ਲੈ ਕੇ ਆਈ। ਅੱਜ ਦਾ ਇਹ ਖੂਬਸੂਰਤ ਮੌਕਾ ਸਾਨੂੰ ਕੀ ਸੁਨੇਹਾ ਦੇ ਰਿਹਾ? ਮੂਸਾ ਅਲੈਹਿਸਲਾਮ ਨੂੰ ਅੱਲਾਹ ਤਾਲਾ ਨੇ ਕਿਹਾ ਕਿ ਮੂਸਾ
ਉਹ ਸਾਡੇ ਨਾਲ ਦੋ ਰੋਜ਼ ਗੱਲਾਂ ਕਰਨ ਆਉਣਾ ਪਹਾੜ ਤੇ, ਜਰਾ ਅੱਜ ਵਾਪਸ ਜਾ। ਇੰਨੀ ਅਸੀਂ ਮਖਲੂਕ ਪੈਦਾ ਕੀਤੀ ਹੈ, ਇੰਨੇ ਚਰਿੰਦੇ ਪਰਿੰਦੇ ਬਣਾਏ, ਜਾਨਵਰ ਬਣਾਏ, ਉਹ ਤੇਰੇ ਤੋਂ ਕੋਈ ਨੀਵੀਂ ਚੀਜ਼ ਅਸੀਂ ਜਿਹੜੀ ਬਣਾਈ ਹੋਏ ਉਹ ਲੈ ਕੇ ਆਈ। ਅਸੀਂ ਵੀ ਦੇਖੀਏ ਕਿ ਅਸੀਂ ਮਾੜਾ ਕੀ ਬਣਾਇਆ ਹੈ। ਮੂਸਾ ਦੂਸਰੇ ਦਿਨ ਅੱਲਾ ਦੇ ਨਬੀ ਸੀ, ਜਦ ਕੋਹੇ ਤੂਰ ਤੇ ਗਏ, ਖਾਲੀ ਹੱਥ ਗਏ, ਅੱਲਾ ਜੀ ਨੇ ਪੁੱਛਿਆ ਮੂਸਾ ਕੁਝ ਨੀ ਲਿਆਇਆ? ਫਰਮਾਇਆ ਅੱਲਾ ਜੀ ਆਪਣੇ ਤੋਂ ਇਲਾਵਾ ਘਟੀਆ ਕੋਈ ਹੋਰ ਨਜ਼ਰ ਨਹੀਂ ਆਇਆ। ਤੇ ਫਿਰ ਖੁਦਾ ਨੇ ਇੱਕ ਬੜੀ ਪਿਆਰੀ ਗੱਲ ਕਹੀ, ਫਰਮਾਇਆ ਮੂਸਾ ਜੇ ਤੂੰ ਗਲਤੀ ਨਾਲ ਇੱਕ ਬੱਕਰੀ ਦਾ ਬੱਚਾ ਵੀ ਲੈ ਆਂਦਾ ਤੇ ਅਸੀਂ ਤੇਰੇ ਤੋਂ ਨਬੂਤ ਖੋ ਲੈਂਦੇ, ਕਿਉਂਕਿ ਅਸਾਂ ਕਿਸੇ ਇਨਸਾਨ ਨੂੰ ਘਟੀਆ ਪੈਦਾ ਕੀਤਾ ਹੀ ਨਹੀਂ। ਕੋਈ ਧੀ ਪੁੱਤ ਐਸਾ ਜੰਮਿਆ ਹੀ ਨਹੀਂ ਮਾਂ ਦੇ ਕੁੱਖੋਂ ਜਿਹੜਾ ਘਟੀਆ ਹੋਵੇ। ਇਹ ਗੁਰੂ ਨਾਨਕ ਦੇਵ ਜੀ ਦਾ ਇਹਦਾ ਫਲਸਫਾ ਕਿ ਅੱਜ UNO ਚ ਬਕਾਇਦਾ ਚਾਰਟਰ ਤਿਆਰ ਕੀਤਾ ਗਿਆ ਸਾਡੇ 500 ਸਾਲਾਂ ਤੇ, ਕਿ ਆਓ ਸਿੱਖਾਂ ਦੇ ਗੁਰੂ ਗੁਰੂ ਨਾਨਕ ਦੇਵ ਦੀ ਜਰਾ ਗੱਲ ਤਾਂ ਕਰੀਏ ਜਿਹੜਾ ਸਾਂਝੀ ਵਾਰਤਾ ਦੀ ਗੱਲ ਕਰਦਾ, ਕਿ ਅਸੀਂ ਇਸ ਚਾਰਟਰ ਤੇ ਆਪ ਨਹੀਂ ਚੱਲਣਾ। ਕੰਨ ਖੋਲ ਕੇ ਸੁਣ ਲਓ, ਮੈਂ ਮੁਸਲਮਾਨਾਂ ਨੂੰ ਕਹਿਣਾ ਹੁੰਦਾ, ਅੱਜ ਤੁਹਾਡੇ ਚ ਕਹਿਣਾ, ਜਿਹੜੇ ਬੰਦੇ ਦੇ ਘਰ ਦੇ ਵਿੱਚ ਭਾਂਡਿਆਂ ਦੀ ਜਾਤ ਉਹ ਬਰਾਦਰੀ ਹੈ, ਭਾਂਡਿਆਂ ਦੀ ਜਾਤ ਉਹ ਬਰਾਦਰੀ ਸਮਝਦੇ ਹੋ? ਆਪ ਹੋਰ ਗਲਾਸ ਚ ਪਾਣੀ ਪੀਂਦਾ ਤੇ ਆਪਣੇ ਮੁਲਾਜ਼ਮ ਨੂੰ ਦੂਸਰੇ ਚ ਪਿਲਾਉਂਦਾ ਹੈ, ਤੇ ਜਿਹੜਾ ਲੋਕਾਂ ਨਾਲ ਭਾਂਡਿਆਂ ਦੀ ਜਾਤ ਉਹ ਬਰਾਦਰੀ ਰੱਖਦਾ ਹੋਏ, ਉਹ ਜੋ ਮਰਜ਼ੀ ਧਰਮ ਦਾ ਬਣ ਜਾਏ, ਉਹ ਖੁਦਾ ਦੇ ਨਜ਼ਦੀਕ ਇਨਸਾਨ ਨਹੀਂ ਬਣ ਸਕਦਾ। ਇਨਸਾਨ ਬਣਨ ਦੇ ਲਈ ਜ਼ਰੂਰੀ ਹੈ ਕਿ ਅਸੀਂ ਸਮੂਹ ਧਰਮਾਂ ਦਾ, ਸਮੂਹ ਇਨਸਾਨਾਂ ਦਾ ਬਰਾਬਰੀ ਦਾ ਦਰਜਾ ਜਿਹੜਾ ਹੈ ਉਹਨਾਂ ਨੂੰ। ਔਰ ਅੱਜ ਇਸ ਖੂਬਸੂਰਤ ਮੌਕੇ ਤੇ ਇਹ ਵੀ ਕਹਿਣਾ ਚਾਹੁੰਦਾ, ਮਿਲੇ ਤਾਂ ਮੈਨੂੰ 2 ਹੀ ਮਿੰਟ ਸੀਗੇ, ਲੇਕਿਨ ਗੁਸਤਾਖੀ ਮੈਂ ਕਰ ਗਿਆ, ਤੁਹਾਡਾ ਟਾਈਮ ਜ਼ਿਆਦਾ ਲੈ ਗਿਆ। ਮੈਂ ਇਹ ਕਹਿਣਾ ਚਾਹੁੰਦਾ, ਉਹ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲ ਲੈਂਦਾ ਹੁੰਦਾ ਹੈ। ਸਾਡੇ ਪੰਜਾਬ ਚ ਰਿਵਾਜ ਚੱਲਿਆ ਇੱਕ, ਉਹ 2-4 ਬੁੜੀਆਂ ਇਕੱਠੀਆਂ ਕਰੋ, ਆਟੇ ਦੀਆਂ ਥੈਲੀਆਂ ਲਿਆਉਣ ਲਾ ਕੇ ਫੋਟੋ ਖਿੱਚੋ। ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਕੰਮ ਜਿਹੜਾ ਗਰੀਬ ਦੀ ਹੱਦ ਤੱਕ ਦਾ ਕੰਮ ਹੈ, ਇੱਜ਼ਤ ਦਾ ਕੰਮ ਨਹੀਂ ਹੈ। ਔਰ ਕੁਰਾਨ ਨੇ ਕਿਹਾ ਕਿ ਬਦਤਰੀਨ ਬੰਦਾ ਉਹ ਹੈ ਜਿਹੜਾ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦਾ। ਸਤਿਕਾਰ ਇਹ ਨਹੀਂ ਹੈ। ਕੁਰਾਨ ਨੇ ਕਿਹਾ ਯਤੀਮ ਨੂੰ ਰੋਟੀ ਖਿਲਾਉਣਾ ਵੱਡੀ ਗੱਲ ਨਹੀਂ? ਅਸੀਂ ਕਹਾਂ ਯਾਰ ਸੁਲਾ ਕਿਉਂ ਨਹੀਂ? ਫਰਮਾਇਆ ਰੋਟੀ ਨਾ ਖਵਾਓ, ਸਤਿਕਾਰ ਦਿਓ। ਅੱਛਾ ਸਤਿਕਾਰ ਦਈਏ, ਜੇ ਸਤਿਕਾਰ ਦੇਵਾਂਗੇ ਤੇ ਰੋਟੀ ਵੀ ਦੇਵਾਂਗੇ, ਘਰ ਚ ਬਿਠਾਵਾਂਗੇ ਵੀ, ਕੱਪੜਾ ਵੀ ਦੇਵਾਂਗੇ, ਹੱਥ ਬੰਨ ਕੇ ਸਲਾਮ ਵੀ ਕਰਾਂਗੇ। ਇਸ ਲਈ ਯਾਦ ਰੱਖੋ, ਜਿਹੜਾ ਗਰੀਬ ਦੇ ਛਾਤੀ ਤੇ ਖੜ ਕੇ ਆਪਣੀ ਇੱਜ਼ਤ ਕਮਾਉਣਾ ਚਾਹੁੰਦਾ ਹੈ, ਉਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਹੁਕਮਾਂ ਦੀ ਅਦੁੱਲੀ ਕਰ ਰਿਹਾ ਹੈ। ਰੋਜ਼ਾਨਾ ਸੁਬਾਹ ਨੂੰ ਸਿੱਖ ਹੋਣ ਦੇ ਬਾਵਜੂਦ ਦੋ ਲੋਕਾਂ ਨੂੰ ਯਾਦ ਕਰਿਆ ਕਰੋ। ਅਸੀਂ ਬੜਾ ਯਾਦ ਕਰਦੇ ਹਾਂ, ਇੱਕ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ, ਔਰ ਇੱਕ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ। ਕੀ ਸਮਝਿਓ? ਕਿਉਂ ਲੋਕੀ ਸਮਝਦੇ ਸੀ ਕਿ ਧੰਨ ਧੰਨ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ, ਉਹ ਖੈਰ ਮੁਸਲਮਾਨਾਂ ਦੇ ਨਾਲ ਸਾਡੇ ਨਾਲ ਨਹੀਂ ਲੜਾਈ ਸੀ, ਵਕਤ ਦੇ ਜ਼ਾਲਿਮ ਹੁਕਮਰਾਨਾਂ ਦੇ ਨਾਲ ਲੜੇ ਆ। ਤਾਂ ਪੀਰ ਕੁੱਦੂ ਸ਼ਾਹ ਰਹਿਮਤੁਲਾ ਅਲੈਹ ਨੇ ਆਪਣਾ ਪੂਰਾ ਖਾਨਦਾਨ ਕੁਰਬਾਨ ਕਰ ਦਿੱਤਾ। ਤੇ ਆਓ, ਮੇਰੀ ਮਾਵਾਂ ਭੈਣਾਂ ਬੈਠੀਆਂ, ਤੁਹਾਡੇ ਅੱਗੇ ਬੇਨਤੀ ਹੈ, ਉਹ ਥਾਂ ਥਾਂ ਮੌਲਵੀਆਂ ਕੋ, ਬਾਬਿਆਂ ਕੋ, ਪਤਾ ਨੀ ਕਿਹੜਾ ਕਿਹੜਾ ਅੱਗੇ ਜਾ ਕੇ ਬਹਿ ਜਾਂਦੇ ਹੋ ਕਿ ਬਾਬਾ ਜੀ ਕੁਛ ਕਰ ਦਿਓ, ਹਾਲਾਂਕਿ ਮੈਂ ਆਪ ਮੌਲਵੀ ਹੈ, 500 ਆਉਂਦੇ ਕਿਹਨੂੰ ਮਾੜੇ ਲੱਗਦੇ। ਲੇਕਿਨ ਸਾਡੇ ਨਬੀ ਨੇ ਔਰ ਸਾਡੇ ਗੁਰੂ ਨੇ ਇਹ ਨਹੀਂ ਸਿਖਾਇਆ
ਤੁਸੀਂ ਜਿਹਨਾਂ ਦੇ ਅੱਗੇ ਜਾ ਰਹੇ ਹੋ ਉਹ ਤਾਂ ਤੁਹਾਨੂੰ ਬੇਵਕੂਫ ਬਣਾ ਰਹੇ। ਮੈਂ ਦੱਸਦਾ ਬਿਮਾਰੀ ਕਿੱਦਾਂ ਆਉਂਦੀ ਹੈ। ਜਿਹੜਾ ਦੂਜੇ ਦੀ ਧੀ ਨੂੰ ਜਿਹੜੀ ਨੌਂ ਬਣ ਕੇ ਘਰ ਆਉਂਦੀ ਹੈ ਨਾ, ਜਦ ਉਹਦੇ ਨਾਲ ਰਲਕਾਂ ਕੱਢਦੇ ਹੋ ਤਾਂ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕੈਂਸਰ ਦੀ ਬਿਮਾਰੀ ਆਉਂਦੀ। ਤੁਸੀਂ ਮਜ਼ਾਕ ਸਮਝਦੇ ਹੋਗੇ ਸ਼ਾਇਦ ਇਸ ਗੱਲ ਨੂੰ। ਜਿਹੜਾ ਆਪਣੇ ਸਕੇ ਭਰਾ ਨਾਲ ਕੜੁੱਤਣ ਰੱਖਦਾ ਹੋਏ ਉਸ ਬੰਦੇ ਦਾ ਬਿਮਾਰ ਹੋਣਾ ਲਾਜ਼ਮੀ ਗੱਲ ਹੈ। ਔਰ ਜਿਹੜਾ ਆਪਣੇ ਪੜੋਸੀ ਦੇ ਨਾਲ ਦੁਸ਼ਮਣੀ ਨਿਭਾਉਂਦਾ ਹੋਵੇ ਉਹਦਾ ਵੀ ਬਿਸਤਰ ਤੇ ਮੌਤ ਆਣੀ ਲਾਜ਼ਮੀ ਗੱਲ ਹੈ। ਆਪਣੇ ਦਿਲ ਨੂੰ ਕੜੱਤਣ ਤੋਂ ਪਾਕ ਕਰੋ ਤੇ ਫਿਰ ਦੁਨੀਆਂ ਦੇ ਮਜ਼ੇ ਲੁੱਟੋ ਤੁਸੀਂ। ਬਸ ਇਹੀ ਅੱਖਰ ਕਵਾਂਗਾ ਕਿਉਂਕਿ ਜੇ ਜ਼ਿਆਦਾ ਬੋਲਦਾ ਰਿਹਾ ਕਿਤੇ ਮੇਰਾ ਭਰਾ ਕਮਰ ਗਰੇਵਾਲ ਨਾਲ ਨਾਰਾਜ਼ ਹੋ ਜਾਵੇ, ਇਹ ਮੇਰੀ ਜਗ੍ਹਾ ਹੀ ਲੱਗ ਗਿਆ। ਬਾਬੇ ਕਹਿਣ ਲੱਗੇ ਸੀ 2 ਮਿੰਟ। ਪੂਰੇ ਸਮੂਹ ਵਿਸ਼ਵ ਦੇ ਮੁਸਲਮਾਨਾਂ ਵੱਲੋਂ, ਔਰ ਇਕੱਲੇ ਮੁਸਲਮਾਨਾਂ ਵੱਲੋਂ ਨਹੀਂ, ਪੂਰੇ ਵਿਸ਼ਵ 'ਚ ਵੱਸਦੇ ਹਿੰਦੂ ਭਰਾਵਾਂ ਵੱਲੋਂ, ਕਿਉਂਕਿ ਤੁਸੀਂ ਬਾਅਦ 'ਚੋਂ ਆਏ ਹੋ, ਪਹਿਲਾਂ ਅਸੀਂ ਤਾਂ ਉਹਨਾਂ ਨੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਮੰਨਿਆ, ਤੇ ਉਹਨਾਂ ਦੋਨਾਂ ਵੱਲੋਂ ਤੁਹਾਨੂੰ ਲੱਖ ਲੱਖ ਵਧਾਈਆਂ ਅੱਜ ਦੇ ਦਿਨ ਦੀ। ਔਰ ਪੀਰ ਸਾਹਿਬ ਵੱਲੋਂ, ਮੁਸਲਮਾਨਾਂ ਵੱਲੋਂ ਇੱਕ ਆਖਰੀ ਸ਼ੇਰ ਗੁਰੂ ਸਾਹਿਬ ਦੀ ਅਕੀਦਤ ਦੇ ਲਈ ਔਰ ਤੁਹਾਡੇ ਸਾਹਿਬ ਦੀ ਨਜ਼ਰਾਨੇ ਦੇ ਲਈ। SDM ਮੁਹਤਰਮਾ ਭੈਣ ਸਾਡੀ ਬੈਠੀ ਹੈ, ਉਹਨਾਂ ਦੇ ਲਈ, ਪੂਰੇ ਹਰਿਆਣੇ ਦੇ ਲੋਕਾਂ ਲਈ ਇਹ ਅਰਜ਼ ਕਰਨਾ ਚਾਹੁੰਦਾ ਕਿ ਕਰੋ ਨਾ ਫਿਕਰ, ਜ਼ਰੂਰਤ ਪੜੀ ਤੋ ਹਮ ਦੇਂਗੇ। ਕਰੋ ਨਾ ਫਿਕਰ, ਜ਼ਰੂਰਤ ਪੜੀ ਤੋ ਹਮ ਦੇਂਗੇ, ਲਹੂ ਕਾ ਤੇਲ ਚਿਰਾਗੋ ਮੇ ਡਾਲਨੇ ਕੇ ਲਈ। ਬੋਲੇ ਸੋ ਨਿਹਾਲ। ਮੈਂ ਮੌਲਾਨਾ ਮੁਹੰਮਦ ਉਸਮਾਨ ਸਾਹਿਬ ਦਾ ਕਿਸ ਲਫ਼ਜ਼ਾਂ ਨਾਲ ਸ਼ੁਕਰੀਆ ਕਰਾਂ, ਮੇਰੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈ। ਜੋ ਆਪ ਜੀ ਨੇ ਮਾਹੌਲ ਬੰਨ ਦਿੱਤਾ 5-10 ਮਿੰਟ ਵਾਸਤੇ, ਤੇ ਅਸੀਂ ਵੀ ਜਿਸ ਸ਼ਖਸ ਦੀ ਉਡੀਕ ਚ ਬੈਠੇ ਸੀਗੇ, ਸਾਡਾ ਤੁਸੀਂ ਦਿਮਾਗ ਜਿਸ ਤਰ੍ਹਾਂ ਸਵੇਰ ਤੋਂ ਚੱਲ ਰਿਹਾ ਸੀਗਾ।